ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇ ਰਾਜ ਭਰ ਤੋਂ ਬਿਜਲੀ ਬੋਰਡ ਕਾਰਾਲੇ ਦੇ ਬਾਹਰ ਅਤੇ ਉਪਮੰਡਲਾਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਕਰਮਚਾਰੀਆਂ ਦੀ ਸੰਖਿਆ ਰਾਜ ਵਿੱਚ 32,000 ਦੇ ਕਰੀਬ ਹੈ, ਜੋ ਮੰਗਾਂ ਦੇ ਲਈ ਬੋਰਡ ਨਾਲ ਕਈ ਬੈਠਕਾਂ ਕਰ ਚੁੱਕੇ ਹਨ, ਲੇਕਿਨ ਮੈਨੇਜਮੈਂਟ ਨੇ ਕਰਮਚਾਰੀਆਂ ਦੀ ਕਿਸੇ ਮੰਗ ਨੂੰ ਮਨਜ਼ੂਰ ਨਹੀਂ ਕੀਤਾ, ਜਦਕਿ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਪੇਮੈਂਟ ਸਕੇਲ ਲਾਗੂ ਹੋ ਚੁੱਕਾ, ਲੇਕਿਨ ਉਹ ਨਹੀਂ ਕਰ ਰਿਹਾ। ਇਸ ਲਈ ਰਾਜ ਦੇ ਤ੍ਰਿਪੁਰ ਕਰਮਚਾਰੀਆਂ ਵਿੱਚ ਵਿਰੋਧੀ ਲਹਿਰ ਦੇਖੀ ਜਾ ਰਹੀ ਹੈ। ਫੋਰਮ PSEB ਇੰਪਲਾਈ ਸਾਂਝੇ ਫੋਰਮ ਦੇ ਨਾਲ ਬੋਰਡ ਦੀ ਮੈਨੇਜਮੈਂਟ ਹੈ ਜਿਹੜੀ, ਉਹ 27 ਤਰੀਕ ਨੂੰ ਜਿਹੜੀ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਸੀਗੀ ਉਹ ਟੁੱਟ ਗਈ। ਉਸ ਤੋਂ ਬਾਅਦ ਜਿਹੜਾ ਸੰਘਰਸ਼ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ। ਅੱਜ ਸਟੇਟ ਦੇ ਸੱਦੇ ਦੇ ਉੱਤੇ ਸਮਾਣਾ ਡਿਵੀਜ਼ਨ ਦੇ ਵਿੱਚ ਅਸੀਂ ਭਾਰੀ ਰੋਸ ਰੈਲੀ ਕਰਕੇ ਪੰਜਾਬ ਬੋਰਡ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਹਾਂ ਕਿ ਜੇਕਰ 21 ਤਰੀਕ ਤੱਕ ਜਥੇਬੰਦੀ ਨੂੰ ਮੀਟਿੰਗ ਨਾ ਦਿੱਤੀ ਤਾਂ 21 ਤਰੀਕ ਨੂੰ ਹੈੱਡ ਹਾਊਸ ਦੇ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਊਗਾ। ਬਿਜਲੀ ਬੋਰਡ ਵਿੱਚ ਜਿਹੜੀ ਪ੍ਰਮੁੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਜੁਆਇੰਟ ਫੋਰਮ ਬਣਾਇਆ ਹੈ, ਜਿਹਦੇ ਵਿੱਚ ਬਿਜਲੀ ਬੋਰਡ ਦੇ ਚੇਅਰਮੈਨ ਆਪ ਬੈਠ ਕੇ ਅਤੇ ਮੈਨੇਜਮੈਂਟ ਬਹਿ ਕੇ ਵਾਰ ਵਾਰ ਸਾਨੂੰ ਜਿਹੜੇ ਪੇਵੈਂਡ ਅਤੇ ਜਿਹੜੀ ਨਵੀਂ ਭਰਤੀ ਹੈ ਠੇਕੇਦਾਰੀ ਸਿਸਟਮ ਜਿਹੜਾ ਉਹਨੂੰ ਸਿਸਟਮ ਬੰਦ ਕਰਨ ਲਈ ਸਾਡੇ ਨਾਲ ਲਿਖਤੀ ਸਮਝੌਤੇ ਕਰਕੇ ਵਾਰ ਵਾਰ ਮੁੱਕ ਰਹੀ ਹੈ। ਮੁਲਾਜ਼ਮਾਂ ਦੇ ਵਿੱਚ ਹੁਣ ਜਿਹੜਾ ਉਹ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਅਸੀਂ ਜਿਹੜਾ ਅੱਜ ਜਿਹੜਾ ਸਾਡੇ ਜੁਆਇੰਟ ਫੋਰਮ ਵੱਲੋਂ ਦਿੱਤੇ ਪ੍ਰੋਗਰਾਮ ਨੇ, ਸਾਡੇ ਜਿਹੜੇ ਸੂਬਾਈ ਲੀਡਰ ਵੀ ਚਰਨਜੀਤ ਸਿੰਘ ਜੀ ਇੱਥੇ ਪਹੁੰਚੇ ਨੇ ਅਤੇ ਅਸੀਂ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਨੂੰ ਜੁਆਇੰਟ ਫੋਰਮ ਜਿਹੜਾ ਤਿੱਖਾ ਸੰਘਰਸ਼ ਦੇਗਾ ਮੁਲਾਜ਼ਮ ਕਰਨ ਲਈ ਤਿਆਰ ਨੇ। ਸਮਾਣਾ ਤੋਂ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।